ਉਹ ਕਾਗਜ਼ ਦਾ ਟੁਕੜਾ ਕੱਢ ਲਿਆ ਤੇ ਦੀਵੇ ਦੀ ਬੱਤੀ ਕੋਲ ਜਾ ਕੇ ਬੈਠ ਗਿਆ। ਕਹਿੰਦਾ ਬੱਚੀਏ, ਮਹਾਰਾਜ ਜੀ ਨੇ ਸਾਨੂੰ ਆਪਣੇ ਪੁੱਤਰ ਬਣਾ ਲਿਆ। ਉਹ ਕਹਿੰਦੇ ਅੱਬੂ, ਉਹਨਾਂ ਦੀਆਂ ਤੇ ਬੱਚੀਆਂ ਬਹੁਤ ਨੇ। ਜਦੋਂ ਮਹਾਰਾਜ ਸਾਡੇ ਘਰ ਸਨ, ਜਿੰਨੇ ਵੀ ਸਿੱਖ ਸਿੱਖਣੀਆਂ ਲੋਕ ਛੁਪ ਕੇ ਉਹਦੇ ਦਰਸ਼ਨ ਕਰਨ ਆਉਂਦੇ ਸੀ, ਸਾਰੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਸਾਡਾ ਪਿਤਾ ਹੈ, ਉਹਦੀਆਂ ਬੱਚੀਆਂ ਬਹੁਤ ਨੇ। ਗਨੀ ਖਾਂ ਕਹਿੰਦਾ ਬੱਚੀਏ, ਨੇੜੇ ਆ ਵੇਖ, ਹੋਣ ਗਈਆਂ, ਪਰ ਸਾਨੂੰ ਤੇ ਉਹਨੇ ਲਿਖ ਕੇ ਹੀ ਦੇ ਦਿੱਤਾ। ਆ ਵੇਖ, ਕਾਗਜ਼ ਦੇ ਟੁਕੜੇ ਤੇ ਲਿਖਿਆ ਹੋਇਆ ਹੈ, ਦੋਨੋਂ ਭਰਾ ਆਪਣੀ ਬੱਚੀ ਨੂੰ ਇੱਕ ਗੱਲ ਸਮਝਾਉਂਦੇ ਨੇ। ਇਹ ਤੁਸੀਂ ਸ਼ਰਧਾ ਨਾਲ ਸੁਣੋ, ਇਹ ਪਿਆਰ ਦੀ ਅਖੀਰ ਹੈ। ਕੀ ਸਮਝਾਉਂਦੇ ਨੇ? ਗਨੀ ਖਾਂ ਕਹਿੰਦਾ ਬੱਚੀਏ, ਹਰ ਇੱਕ ਬੰਦਾ ਇੱਕ ਨਾ ਇੱਕ ਦਿਨ ਉਮਰ ਭੋਗ ਕੇ ਮਰ ਜਾਂਦਾ ਹੈ। ਅਸੀਂ ਉਮਰ ਵਿੱਚ ਤੇਰੇ ਨਾਲੋਂ ਵੱਡੇ ਹਾਂ, ਹੋ ਸਕਦਾ ਪਹਿਲਾਂ ਮਰ ਜਾਈਏ। ਤੈਨੂੰ ਪਤਾ, ਜਦੋਂ ਗੁਰੂ ਜੀ ਸਾਡੇ ਘਰ ਵਿੱਚ ਬਹਿੰਦੇ ਸੀ ਤੇ ਅਸੀਂ ਦੋਨੋਂ ਭਰਾ ਕਿਵੇਂ ਪਹਿਰੇਦਾਰ ਬਣ ਕੇ ਬਾਹਰ ਖੜਦੇ ਸੀ? ਕਹਿੰਦੀ ਅੱਬੂ, ਰੋਜ਼ ਹੀ ਮੈਂ ਵੇਖਦੀ ਸੀ, ਇੱਥੇ ਗੁਰੂ ਜੀ ਬਹਿੰਦੇ ਸਨ, ਤੁਸੀਂ ਦੋਨੋਂ ਜਾਣੇ ਘਰ ਦੇ ਬਾਹਰ ਸੱਜੇ ਤੇ ਖੱਬੇ ਪਾਸੇ ਖੜਦੇ ਹੁੰਦੇ ਸੀ। ਗਨੀ ਖਾਂ ਕਹਿੰਦਾ ਬੱਚੀਏ, ਖਿਆਲ ਕਰੀ, ਜਦੋਂ ਅਸੀਂ ਮਰ ਜਾਈਏ, ਸਾਡੀਆਂ ਕਬਰਾਂ ਘਰ ਦੇ ਬਾਹਰ ਸੱਜੇ ਤੇ ਖੱਬੇ ਪਾਸੇ ਬਣਾ ਦੇਈ, ਅਸੀਂ ਮਰ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਉੱਠਣਾ ਨਹੀਂ ਚਾਹੁੰਦੇ। ਅਸੀਂ ਮਰ ਕੇ ਵੀ ਉਹਦੇ ਚਰਨਾਂ 'ਚ ਉੱਠਣਾ ਨਹੀਂ ਚਾਹੁੰਦੇ। ਸਤਸੰਗੀਓ, ਕੋਈ ਮੁਸਲਮਾਨ ਕਬਰ ਆਪਣੇ ਘਰ ਨਹੀਂ ਬਣਾਉਂਦਾ, ਕਦੇ ਵੀ ਕੋਈ ਸਿੱਖ ਕਬਰਾਂ ਨੂੰ ਮੱਥਾ ਟੇਕਦਾ ਹੀ ਨਹੀਂ। ਪਰ ਅੱਜ ਤੁਸੀਂ ਜਦੋਂ ਮਾਛੀਵਾੜੇ ਜਾਂਦੇ ਹੋ, ਸਭ ਤੋਂ ਪਹਿਲਾਂ ਅਸਥਾਨ ਨਵੀ ਖਾਂ ਤੇ ਗਨੀ ਖਾਂ ਦੇ ਆਉਂਦੇ ਨੇ। ਕੋਈ ਇਹੋ ਜਿਹਾ ਸਿੱਖ ਨਹੀਂ ਜਿਹੜਾ ਉੱਥੇ ਮੱਥਾ ਟੇਕ ਕੇ ਨਾ ਲੱਗਦਾ ਹੋਵੇ। ਸਾਰੇ ਉੱਥੇ ਨਮਸਕਾਰਾਂ ਕਰਕੇ ਲੰਘਦੇ ਨੇ। ਹੋ ਕਹਿਣਾ ਮਿੱਤਰ ਪਿਆਰੇ, ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਕਹਿਣਾ ਮਿੱਤਰ ਪਿਆਰੇ ਨੂੰ, ਇੱਧਰੋਂ ਮਹਾਰਾਜ ਰਾਏਕੋਟ ਪਹੁੰਚ ਗਏ। ਤੁਸਾਂ ਜ਼ਰੂਰ ਤੱਕਿਆ ਹੋਵੇਗਾ, ਸੜਕ ਦੇ ਉੱਤੇ ਅਸਥਾਨ ਬਣਿਆ ਹੋਇਆ, ਇਹਦਾ ਨਾਮ ਹੈ ਟਾਲੀਆਣਾ ਸਾਹਿਬ। ਸਤਿਗੁਰੂ ਰਾਏ ਇਕੱਲੇ ਕੋਲ ਚਲੇ ਜਾਂਦੇ ਨੇ, ਉਹਨੂੰ ਸਾਰੀ ਗੱਲ ਦੱਸਦੇ ਨੇ, ਰਾਏ ਜੀ ਆਨੰਦਪੁਰੀ ਚਲੇ ਗਈ, ਪਰਿਵਾਰ ਸਰਸਾ ਦੇ ਕਿਨਾਰੇ ਵਿਛੜ ਗਿਆ ਏ, ਦੋ ਮੇਰੇ ਬੱਚੇ ਅੱਖਾਂ ਦੇ ਸਾਹਮਣੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ, ਮੇਰੀ ਮਾਂ ਤੇ ਮੇਰੇ ਜਿਗਰ ਦੇ ਟੁਕੜੇ ਜ਼ੋਰਾਵਰ ਸਿੰਘ ਫਤਿਹ ਸਿੰਘ ਸੂਬੇ ਸਰਹੰਦ ਨੇ ਗ੍ਰਿਫਤਾਰ ਕਰ ਲਏ ਨੇ, ਮੇਰੀ ਮਾਂ ਤੇ ਮੇਰੇ ਬੱਚਿਆਂ ਦਾ ਕੀ ਹਾਲ ਹੈ, ਮੈਨੂੰ ਪਤਾ ਮੰਗਵਾ ਕੇ ਦੇ। ਉਹ ਆਪਣੇ ਨੌਕਰ ਨੂਰੇ ਮਾਹੀ ਨੂੰ ਭੇਜਦਾ ਹੈ ਤੇ ਸਤ ਸੰਗੀ ਨੂਰਾ ਸਰਹੰਦ ਗਿਆ ਹੋਇਆ ਏ ਪਤਾ ਕਰਨ ਵਾਸਤੇ ਤੇ ਮਹਾਰਾਜ ਜੀ ਦੀ ਅੰਮਾ ਤੇ ਉਹਨਾਂ ਦੇ ਬੱਚੇ ਕਿਸ ਹਾਲ ਵਿੱਚ ਨੇ ਤੇ ਇਧਰੋਂ ਉਡੀਕਾਂ ਕਿਸ ਤਰ੍ਹਾਂ ਹੋ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਟਾਲੀ ਦੇ ਦਰਖਤ ਦੇ ਥੱਲੇ ਖਲੋਤੇ ਨੇ ਤੇ ਦਇਆ ਸਿੰਘ ਟਾਲੀ ਦੇ ਦਰਖਤ ਦੇ ਉੱਪਰ ਚੜਿਆ ਹੋਇਆ ਹੈ। ਕਿਉਂ ਬਈ, ਜਿਹੜਾ ਰਸਤਾ ਸਰਹੰਦ ਵੱਲੋਂ ਆਉਂਦਾ ਹੈ ਨਾ, ਉਧਰ ਰਸਤੇ ਨੂੰ ਟਿਕ ਟਿੱਕੀ ਲਾ ਕੇ ਵੇਖ ਰਿਹਾ ਹੈ, ਉਡੀਕ ਰਿਹਾ ਹੈ। ਸਤਸੰਗੀ ਹੋ, ਤੁਸੀਂ ਸਾਰੇ ਬੱਚਿਆਂ ਵਾਲੇ ਹੋ, ਬੱਚੇ ਤੇ ਰੱਤੀ ਜਿੰਨਾ ਸਕੂਲੋਂ ਵੀ ਲੇਟ ਹੋ ਜਾਣ, ਤੁਸੀਂ ਦਰਵਾਜ਼ਿਆਂ ਵੱਲ ਹੀ ਵੇਖਦੇ ਰਹਿੰਦੇ ਹੋ। ਗੁਰੂ ਗੋਬਿੰਦ ਸਿੰਘ ਰੱਬ ਹੈ, ਗੁਰੂ ਗੋਬਿੰਦ ਸਿੰਘ ਨਿਰੰਕਾਰ ਹੈ, ਪਰ ਸਤਸੰਗੀਓ ਗੁਰੂ ਗੋਬਿੰਦ ਸਿੰਘ ਬੱਚਿਆਂ ਦਾ ਬਾਪ ਵੀ ਹੈ, ਉਹ ਕਿਸੇ ਮਾਂ ਦਾ ਪੁੱਤਰ ਵੀ ਹੈ। ਐਸਾ ਨਹੀਂ, ਉਹਦੀ ਮਾਂ ਤੇ ਬੱਚੇ ਮੁਸੀਬਤ ਵਿੱਚ ਨੇ, ਉਹਨੂੰ ਦੁੱਖ ਕੋਈ ਨਹੀਂ, ਉਹਨੂੰ ਦਰਦ ਕੋਈ ਨਹੀਂ। ਬਹੁਤ ਦਰਦ ਹੋਏਗਾ, ਇਹ ਵੱਖਰੀ ਗੱਲ ਕਿ ਉਹਦੇ ਕੋਲ ਇੱਕ ਸ਼ਕਤੀ ਹੈ ਜਿਹੜੀ ਇਸ ਦੁੱਖ ਨੂੰ ਸਹਾਰ ਸਕਦੀ ਹੈ, ਉਹ ਵੀ ਆਪਣੇ ਬੱਚਿਆਂ ਨੂੰ ਉਡੀਕ ਰਿਹਾ ਹੈ। ਤੇ ਇਹਨੇ ਨੂੰ ਦਇਆ ਸਿੰਘ ਉੱਚੀ ਆਵਾਜ਼ ਮਾਰਦਾ ਹੈ, ਕਹਿੰਦਾ ਮਹਾਰਾਜ
ਉਹ ਨੂਰਾ ਦੌੜਾ ਆਉਂਦਾ ਹੈ। ਗੁਰੂ ਜੀ ਚੱਟ ਦੇਣੀ ਉੱਠ ਕੇ ਅਗਾਂਹ ਨੂੰ ਹੁੰਦੇ ਨੇ। ਜਦੋਂ ਨੂਰਾ ਮਾਹੀ ਆਇਆ ਨੇੜੇ, ਉਹਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਤੇ ਦੋਨੋਂ ਹੱਥ ਆਪਣੇ ਮੂੰਹ ਤੇ ਰੱਖ ਲਏ, ਪਰ ਮੁੱਖ ਤੋਂ ਅੱਖਾਂ ਦੇ ਹੰਝੂ ਡਿੱਗ ਰਹੇ ਨੇ। ਸਤਿਗੁਰੂ ਕਹਿੰਦੇ, ਨੂਰਿਆ ਕੀ ਸੁਨੇਹਾ ਲੈ ਕੇ ਆਇਆ ਹੈ? ਮੇਰੀ ਮਾਂ, ਮੇਰੇ ਬੱਚੇ ਕਿਸ ਹਾਲ ਵਿੱਚ ਨੇ? ਉਹ ਕਹਿੰਦਾ, ਮਹਾਰਾਜ ਅੱਜ ਦੀ ਸ਼ਾਮ ਬੜੀ ਮਨਹੂਸ ਹੈ, ਚੰਗੀ ਨਹੀਂ ਹੈ ਅੱਜ ਦੀ ਸ਼ਾਮ। ਗੁਰੂ ਗੋਬਿੰਦ ਸਿੰਘ ਕਹਿੰਦੇ, ਨੂਰਿਆ ਦੋ ਸ਼ਾਮਾਂ ਦੇ ਸੁਨੇਹੇ ਤਾਂ ਮੈਂ ਲੈ ਚੁੱਕਾ ਹਾਂ, ਅੱਜ ਦੀ ਸ਼ਾਮ ਕੀ ਕਹਿੰਦੀ ਹੈ ਦੱਸ ਦੇ ਮਹਾਰਾਜ, ਕਿਹੜੀਆਂ ਸ਼ਾਮਾਂ? ਗੁਰੂ ਗੋਬਿੰਦ ਸਿੰਘ ਕਹਿੰਦੇ, ਨੂਰਿਆ ਇੱਕ ਉਹ ਵੀ ਸ਼ਾਮ ਸੀ ਜਿੱਦਣ ਮੇਰੇ ਪਿਤਾ ਦਾ ਸੀਸ ਤੇ ਆਨੰਦਪੁਰ ਆਇਆ, ਧੜ ਨਾਲ ਨਹੀਂ ਸੀ, ਮੈਂ ਉਹ ਵੀ ਸ਼ਾਮ ਵੇਖੀ ਏ। ਇੱਕ ਉਹ ਵੀ ਸ਼ਾਮ ਸੀ ਜਿੱਦਣ ਮੇਰੇ ਜਿਗਰ ਦੇ ਟੁਕੜੇ ਅਜੀਤ ਸਿੰਘ, ਜੁਝਾਰ ਸਿੰਘ ਚਮਕੌਰ ਦੀ ਕੜੀ ਵਿੱਚ ਛਲਣੀ ਹੋਏ ਪਏ ਸਨ, ਮੈਂ ਕੋਲ ਦੀ ਲੰਘ ਕੇ ਆ ਗਿਆ, ਅੱਜ ਦੀ ਸ਼ਾਮ ਕੀ ਕਹਿੰਦੀ ਹੈ? ਨੂਰੇ ਨੇ ਰੋ ਕੇ ਆਖਿਆ, ਕਹਿੰਦਾ ਮਹਾਰਾਜ ਤੁਹਾਡੀ ਅੰਮਾ, ਤੁਹਾਡੇ ਜੋਰਾਵਰ ਸਿੰਘ ਫਤਿਹ ਸਿੰਘ ਉਹ ਤੇ ਸ਼ਹੀਦ ਹੋ ਗਏ ਨੇ, ਸ਼ਹੀਦ ਹੋ ਗਏ ਨੇ। ਗੁਰੂ ਗੋਬਿੰਦ ਸਿੰਘ ਦੀ ਕਿਸੇ ਰੋਹ ਵਿੱਚ ਸਨ, ਕਹਿੰਦੇ ਨੂਰਿਆ ਤੂੰ ਰੂਬਰੂ ਸੈ, ਕੋਈ ਗੱਲ ਨਾ ਛੁਪਾਈ, ਤੂੰ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਆ ਤੇ ਨੀ ਕੱਢੇ, ਮੇਰੇ ਲਾਲਾਂ ਨੇ ਉੱਚੀ ਸਾਹ ਤੇ ਨੀ ਕੱਢੇ, ਉਹ ਤੇਸੀ ਦੇ ਨਾਲ ਸੱਟ ਲੱਗੀ ਹੋਣੀ ਭਾਰੀ, ਮੇਰੇ ਫਤਿਹ ਨੇ ਕਿਤੇ ਚੀਕ ਤੇ ਨੀ ਮਾਰੀ, ਤੂੰ ਮੈਨੂੰ ਦੱਸੀ ਜਾਂਦਾ ਹੈ। ਦੀਵਾਰਾਂ ਨਾ ਵਿੰਗੀਆਂ ਹੋ ਜਾਣ, ਉਹਨਾਂ ਤੇਰੇ ਬੱਚਿਆਂ ਦੇ ਗੋਡੇ ਹੀ ਛਿੱਲ ਦਿੱਤੇ। ਫਤਿਹ ਸਿੰਘ ਤੇ 5 ਸਾਲ ਦਾ ਸੀ, ਕਿਤੇ ਸਿਦਕੋਂ ਤੇ ਨੀ ਡੋਲ ਗਿਆ? ਨੂਰਾ ਕਹਿੰਦਾ ਮਹਾਰਾਜ ਜਿੰਨਾ ਚਿਰ ਹੋਸ਼ ਵਿੱਚ ਰਹੇ ਤੇਰੇ ਬੱਚੇ ਸਤ ਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਰਹੇ, ਪਰ ਮਹਾਰਾਜ ਕਹਿਰ ਵਾਪਰ ਗਿਆ। ਸਤਿਗੁਰੂ ਕਹਿੰਦੇ ਕੀ ਹੋਇਆ? ਕਹਿੰਦਾ ਮਹਾਰਾਜ ਦੀਵਾਰ ਡਿੱਗ ਪਈ ਸੀ, ਉਹਨਾਂ ਦੀਵਾਰਾਂ ਦੀਆਂ ਇੱਟਾਂ ਵਿੱਚ ਤੇਰੇ ਜਿਗਰ ਦੇ ਟੁਕੜੇ ਤੜਫ ਰਹੇ ਸਨ, ਉਹਨਾਂ ਪਾਪੀਆਂ ਨੇ ਤੇਰੇ ਬੱਚਿਆਂ ਦੀਆਂ ਸਾਹ ਰਗਾਂ ਕੱਟ ਦਿੱਤੀਆਂ, ਸਾਹ ਲੈਣ ਵਾਲੀਆਂ ਰਗਾਂ ਹੀ ਕੱਟ ਦਿੱਤੀਆਂ। ਗੁਰੂ ਜੀ ਕਿਸੇ ਰੋਹ ਵਿੱਚ ਸਨ ਤੇ ਕੀ ਕਹਿੰਦੇ? ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਬਾਰਿਆ ਮੈਂ,
ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਦਾ ਜਿਵੇਂ ਗੁਜਾਰਿਆ ਮੈਂ। ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਦਾ ਜਿਵੇਂ ਗੁਜਾਰਿਆ ਮੈਂ। ਚਾਰ ਪੁੱਤਰ ਬਖਸ਼ੇ ਸਨ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮਤ ਸ਼ੈਨ ਸ਼ਾਹ ਕਹੋ ਸਿੰਘੋ ਮੈਨੂੰ। ਦਇਆ ਸਿੰਘ ਧਰਮ ਸਿੰਘ ਹੁਣਾਂ ਨੇ ਸੁਣਿਆ ਨਾ, ਉੱਥੇ ਗੁਰੂ ਜੀ ਦੇ ਚਰਨਾਂ ਨੂੰ ਪਕੜ ਕੇ ਉੱਚੀ ਉੱਚੀ ਰੋਏ ਨੇ। ਮਹਾਰਾਜ, ਹਿੰਦੁਸਤਾਨ ਦੇ ਲੋਕ ਸੁਖੀ ਵਸਦੇ ਰਹਿਣ, ਤੂੰ ਸਾਰਾ ਪਰਿਵਾਰ ਹੀ ਵਾਰ ਦਿੱਤਾ। ਇਹ ਸ਼ਹਿਨਸ਼ਾਹ, ਇਹ ਹਿੰਦੁਸਤਾਨ ਦੇ ਲੋਕ ਤੇਰਾ ਕਿਵੇਂ ਗਰਜਾ ਚੁਕਾਉਣਗੇ? ਤੇ ਗੁਰੂ ਜੀ ਕੀ ਕਹਿੰਦੇ ਨੇ? ਮਤ ਸ਼ਹਿਨ ਸ਼ਾਹ ਕਹੋ ਸਿੰਘੋ ਮੈਨੂੰ, ਕਿਸਤਾ ਨਾਲ ਤੇ ਕਰਜਾ ਉਤਾਰਿਆ ਮੈਂ, ਕਿਸਤਾ ਨਾਲ ਤੇ ਕਰਜਾ ਉਤਾਰਿਆ ਮੈਂ, ਕਹਿਣਾ ਮਿੱਤਰ ਪਿਆਰੇ। ਕਹਿਣਾ ਮਿੱਤਰ ਪਿਆਰੇ, ਕਹਿਣਾ ਮਿੱਤਰ ਪਿਆਰੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਪਿਆਰੇ ਜੀ, ਕਹਿਣਾ ਮਿੱਤਰ ਪਿਆਰੇ, ਉਹ ਕਹਿਣਾ ਮਿੱਤਰ ਪਿਆਰੇ ਨੂੰ ਜੀ, ਕਹਿਣਾ ਮਿੱਤਰ ਪਿਆਰੇ ਨੂੰ।